ਪੁੱਛਣਾ ਚਾਹੁੰਦਾ ਕਿ ਕਾਂਗਰਸ ਉਹ ਪਾਰਟੀ ਹੈ ਜਿਹਨੇ ਆਪਦੇ ਬੱਚੇ ਖਾਧੇ ਨੇ, ਇੱਕ ਡੈਣ ਹੈ। ਸੋ ਇਹਨਾਂ ਨੇ ਤਾਂ ਪੰਜਾਬ ਦੇ ਦੇਸ਼ ਦੇ ਹਿੱਤ ਲਈ ਕਦੇ ਕੋਈ ਕੰਮ ਕੀਤਾ ਹੀ ਨਹੀਂ ਹੈ। ਹੁਣ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੁਛ ਨਹੀਂ ਕੀਤਾ, ਇਹਨਾਂ ਨੇ ਕੋਈ ਸੋਚਿਆ, ਇਹਨਾਂ ਨੇ ਕੋਈ ਕਿੰਨਾ ਕੁ ਦਲਿਤ ਪਰਿਵਾਰਾਂ ਵਾਸਤੇ ਕਿੰਨਾ ਕੁ ਕੁਛ ਕੀਤਾ। ਇਹਨਾਂ ਨੇ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਐਸੀ ਬੱਚਿਆਂ ਦੀ ਸਕਾਲਰਸ਼ਿਪ ਖਾਧੀ, ਉਹ ਕਿਹਨੇ ਖਾਧੀ, ਕਿਹਨੇ, ਉਹ ਇਹਨਾਂ ਦੇ ਮੰਤਰੀ ਨੇ ਖਾਧੀ। ਅਸੀਂ ਹਰ ਇੱਕ ਨੂੰ ਸਤਿਕਾਰ ਦਿੰਦੇ ਹਾਂ, ਕੋਈ ਸਾਡੇ 'ਚ ਭੇਦ ਭਾਵ ਜਾਤ ਪਾਤ ਊਚ ਨੀਚ ਸਾਡੀ ਪਾਰਟੀ 'ਚ ਇਹ ਨਹੀਂ ਹੈ, ਇਹ ਸਿਰਫ ਕਾਂਗਰਸ 'ਚ ਹੈ। ਕੋਟਲੀ ਸਾਹਿਬ ਤੁਹਾਡੇ ਬੈਠੇ ਕਹਿੰਦੇ ਮਾਫੀ ਮੰਗਾਉਣੀ ਮੁੱਖ ਮੰਤਰੀ ਸਾਹਿਬ ਤੋਂ, ਉਹ ਕਹਿੰਦੇ ਮਾਫੀ ਮੰਗਾਉਣੀ ਹੈ। ਮਾਫੀ ਕਿਸ ਚੀਜ਼ ਦੀ? ਕਹਿੰਦੇ ਕਿ ਅਪਮਾਨ ਕੀਤਾ, ਕਹਿੰਦੇ ਦਲਿਤਾਂ ਦਾ ਅਪਮਾਨ ਕੀ ਕਰਦਾ, ਮਿਰਗੀ ਦੇ ਦੌਰੇ ਇਹਨਾਂ ਨੂੰ ਪੈਂਦੇ ਨੇ, ਅਪਮਾਨ ਕਿਸ ਚੀਜ਼ ਕਰਦਾ ਇਹਨਾਂ ਦਾ, ਮਿਰਗੀ ਦੇ ਦੌਰੇ ਇਹਨਾਂ ਦੇ ਪੈ ਕੇ ਉਬੜ ਉਬੜ ਕੇ ਉੱਠਦੇ ਨੇ, ਕਿਉਂਕਿ ਪੰਜਾਬ ਵਾਸਤੇ ਇਸੇ ਦੌਰੇ ਤੋਂ ਅੰਦਰ ਚੱਕਰ ਪਿਆ ਸੀ। ਨਹੀਂ ਉਹੀ ਹੈ ਨਾ, ਇਹਨਾਂ ਦੌਰੇ ਪੈ ਰਹੇ ਨੇ ਮਿਰਗੀ ਦੇ। ਨਹੀਂ ਉਹ ਕਹਿੰਦੇ ਤੁਸੀਂ ਗਲਤ ਕਹਿ ਰਹੇ ਹੋ। ਨਹੀਂ ਕੋਈ ਗਲਤ ਨਹੀਂ ਕਹਿ ਰਹੇ, ਪੁੱਛਣਾ ਚਾਹੁੰਦਾ ਕਿ ਕਾਂਗਰਸ ਉਹ ਪਾਰਟੀ ਹੈ ਜਿਹਨੇ ਆਪਦੇ ਬੱਚੇ ਖਾਧੇ ਨੇ, ਇੱਕ ਡੈਣ ਹੈ। ਸੋ ਇਹਨਾਂ ਨੇ ਤਾਂ ਪੰਜਾਬ ਦੇ ਦੇਸ਼ ਦੇ ਹਿੱਤ ਲਈ ਕਦੇ ਕੋਈ ਕੰਮ ਕੀਤਾ ਹੀ ਨਹੀਂ ਹੈ। ਹੁਣ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੁਛ ਨਹੀਂ ਕੀਤਾ, ਇਹਨਾਂ ਨੇ ਕੋਈ ਸੋਚਿਆ, ਇਹਨਾਂ ਨੇ ਕੋਈ ਕਿੰਨਾ ਕੁ ਦਲਿਤ ਪਰਿਵਾਰਾਂ ਵਾਸਤੇ ਕਿੰਨਾ ਕੁ ਕੁਛ ਕੀਤਾ। ਇਹਨਾਂ ਨੇ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਐਸੀ ਬੱਚਿਆਂ ਦੀ ਸਕਾਲਰਸ਼ਿਪ ਖਾਧੀ, ਉਹ ਕਿਹਨੇ ਖਾਧੀ, ਕਿਹਨੇ, ਉਹ ਇਹਨਾਂ ਦੇ ਮੰਤਰੀ ਨੇ ਖਾਧੀ। ਅਸੀਂ ਹਰ ਇੱਕ ਨੂੰ ਸਤਿਕਾਰ ਦਿੰਦੇ ਹਾਂ, ਕੋਈ ਸਾਡੇ 'ਚ ਭੇਦ ਭਾਵ ਜਾਤ ਪਾਤ ਊਚ ਨੀਚ ਸਾਡੀ ਪਾਰਟੀ 'ਚ ਇਹ ਨਹੀਂ ਹੈ, ਇਹ ਸਿਰਫ ਕਾਂਗਰਸ 'ਚ ਹੈ। ਕੋਟਲੀ ਸਾਹਿਬ ਤੁਹਾਡੇ ਬੈਠੇ ਕਹਿੰਦੇ ਮਾਫੀ ਮੰਗਾਉਣੀ ਮੁੱਖ ਮੰਤਰੀ ਸਾਹਿਬ ਤੋਂ, ਉਹ ਕਹਿੰਦੇ ਮਾਫੀ ਮੰਗਾਉਣੀ ਹੈ। ਮਾਫੀ ਕਿਸ ਚੀਜ਼ ਦੀ? ਕਹਿੰਦੇ ਕਿ ਅਪਮਾਨ ਕੀਤਾ, ਕਹਿੰਦੇ ਦਲਿਤਾਂ ਦਾ। ਅਪਮਾਨ ਕੀ ਕਰਦਾ, ਮਿਰਗੀ ਦੇ ਦੌਰੇ ਇਹਨਾਂ ਨੂੰ ਪੈਂਦੇ ਨੇ, ਅਪਮਾਨ ਕਿਸ ਚੀਜ਼ ਕਰਦਾ ਇਹਨਾਂ ਦਾ, ਮਿਰਗੀ ਦੇ ਦੌਰੇ ਇਹਨਾਂ ਦੇ ਪੈ ਕੇ ਉਬੜ ਉਬੜ ਕੇ ਉੱਠਦੇ ਨੇ, ਕਿਉਂਕਿ ਪੰਜਾਬ ਵਾਸਤੇ ਇਸੇ ਦੌਰੇ ਤੋਂ ਅੰਦਰ ਚੱਕਰ ਪਿਆ ਸੀ। ਨਹੀਂ ਉਹੀ ਹੈ ਨਾ, ਇਹਨਾਂ ਦੌਰੇ ਪੈ ਰਹੇ ਨੇ ਮਿਰਗੀ ਦੇ। ਨਹੀਂ ਉਹ ਕਹਿੰਦੇ ਤੁਸੀਂ ਗਲਤ ਕਹਿ ਰਹੇ ਹੋ। ਨਹੀਂ ਕੋਈ ਗਲਤ ਨਹੀਂ ਕਹਿ ਰਹੇ, ਪੁੱਛਣਾ ਚਾਹੁੰਦਾ ਕਿ ਕਾਂਗਰਸ ਉਹ ਪਾਰਟੀ ਹੈ ਜਿਹਨੇ ਆਪਦੇ ਬੱਚੇ ਖਾਧੇ ਨੇ, ਇੱਕ ਡੈਣ ਹੈ। ਸੋ ਇਹਨਾਂ ਨੇ ਤਾਂ ਪੰਜਾਬ ਦੇ ਦੇਸ਼ ਦੇ ਹਿੱਤ ਲਈ ਕਦੇ ਕੋਈ ਕੰਮ ਕੀਤਾ ਹੀ ਨਹੀਂ ਹੈ। ਹੁਣ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੁਛ ਨਹੀਂ ਕੀਤਾ, ਇਹਨਾਂ ਨੇ ਕੋਈ ਸੋਚਿਆ, ਇਹਨਾਂ ਨੇ ਕੋਈ ਕਿੰਨਾ ਕੁ ਦਲਿਤ ਪਰਿਵਾਰਾਂ ਵਾਸਤੇ ਕਿੰਨਾ ਕੁ ਕੁਛ ਕੀਤਾ। ਇਹਨਾਂ ਨੇ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਐਸੀ ਬੱਚਿਆਂ ਦੀ ਸਕਾਲਰਸ਼ਿਪ ਖਾਧੀ, ਉਹ ਕਿਹਨੇ ਖਾਧੀ, ਕਿਹਨੇ, ਉਹ ਇਹਨਾਂ ਦੇ ਮੰਤਰੀ ਨੇ ਖਾਧੀ। ਅਸੀਂ ਹਰ ਇੱਕ ਨੂੰ ਸਤਿਕਾਰ ਦਿੰਦੇ ਹਾਂ, ਕੋਈ ਸਾਡੇ 'ਚ ਭੇਦ ਭਾਵ ਜਾਤ ਪਾਤ ਊਚ ਨੀਚ ਸਾਡੀ ਪਾਰਟੀ 'ਚ ਇਹ ਨਹੀਂ ਹੈ, ਇਹ ਸਿਰਫ ਕਾਂਗਰਸ 'ਚ ਹੈ। ਕੋਟਲੀ ਸਾਹਿਬ ਤੁਹਾਡੇ ਬੈਠੇ ਕਹਿੰਦੇ ਮਾਫੀ ਮੰਗਾਉਣੀ ਮੁੱਖ ਮੰਤਰੀ ਸਾਹਿਬ ਤੋਂ, ਉਹ ਕਹਿੰਦੇ ਮਾਫੀ ਮੰਗਾਉਣੀ ਹੈ। ਮਾਫੀ ਕਿਸ ਚੀਜ਼ ਦੀ? ਕਹਿੰਦੇ ਕਿ ਅਪਮਾਨ ਕੀਤਾ, ਕਹਿੰਦੇ ਦਲਿਤਾਂ ਦਾ। ਅਪਮਾਨ ਕੀ ਕਰਦਾ, ਮਿਰਗੀ ਦੇ ਦੌਰੇ ਇਹਨਾਂ ਨੂੰ ਪੈਂਦੇ ਨੇ, ਅਪਮਾਨ ਕਿਸ ਚੀਜ਼ ਕਰਦਾ ਇਹਨਾਂ ਦਾ, ਮਿਰਗੀ ਦੇ ਦੌਰੇ ਇਹਨਾਂ ਦੇ ਪੈ ਕੇ ਉਬੜ ਉਬੜ ਕੇ ਉੱਠਦੇ ਨੇ, ਕਿਉਂਕਿ ਪੰਜਾਬ ਵਾਸਤੇ ਇਸੇ ਦੌਰੇ ਤੋਂ ਅੰਦਰ ਚੱਕਰ ਪਿਆ ਸੀ। ਨਹੀਂ ਉਹੀ ਹੈ ਨਾ, ਇਹਨਾਂ ਦੌਰੇ ਪੈ ਰਹੇ ਨੇ ਮਿਰਗੀ ਦੇ। ਨਹੀਂ ਉਹ ਕਹਿੰਦੇ ਤੁਸੀਂ ਗਲਤ ਕਹਿ ਰਹੇ ਹੋ। ਨਹੀਂ ਕੋਈ ਗਲਤ ਨਹੀਂ ਕਹਿ ਰਹੇ।